क्या निशा, तू पूरा दिन सिद्धू सिद्धू सुनती रहती है। हाँ तो फैन हूँ मैं उसकी। मिलवा दे फिर तुम्हें सिद्धू भाई से, भाई जैसा अपने। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, 17 ਦਸੰਬਰ 2020 ਨੂੰ ਸਿੱਧੂ ਮੂਸੇਵਾਲੇ ਦਾ ਗਾਣਾ ਟਿੱਬਿਆਂ ਦਾ ਪੁੱਤ ਰਿਲੀਜ਼ ਹੋਇਆ, ਜਿਸ ਨੇ ਰਿਲੀਜ਼ਿੰਗ ਦੇ ਨਾਲ ਹੀ ਪੰਜਾਬੀ 'ਮਿਊਜ਼ਿਕ ਇੰਡਸਟਰੀ ਦੇ ਵਿੱਚ ਇੱਕ ਤਹਿਲਕਾ ਮਚਾ ਕੇ ਰੱਖ ਦਿੱਤਾ। ਕਿਉਂਕਿ ਜਿੱਥੇ ਇਸ ਗਾਣੇ ਨੇ ਸਭ ਤੋਂ ਘੱਟ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਵਿਊਜ਼ ਕਾਊਂਟ ਕਰਨ ਦਾ ਇੱਕ ਵੱਡਾ ਰਿਕਾਰਡ ਬਣਾ ਦਿੱਤਾ, ਉੱਥੇ ਹੀ ਜੇਕਰ ਇਸ ਗਾਣੇ ਦੇ ਕਮੈਂਟ ਸੈਕਸ਼ਨ ਦੇ ਵਿੱਚ ਇੱਕ ਝਾਤ ਮਾਰੀ ਜਾਵੇ ਤਾਂ ਜ਼ਿਆਦਾਤਰ ਲੋਕਾਂ ਦਾ ਇਹੀ ਕਹਿਣਾ ਸੀ ਕਿ ਉਹ ਇਸ ਗਾਣੇ ਨੂੰ 20 ਤੋਂ ਜ਼ਿਆਦਾ ਵਾਰ ਸੁਣ ਚੁੱਕੇ ਹਨ ਅਤੇ ਹਾਲੇ ਤੱਕ ਵੀ ਇਹ ਗਾਣਾ ਰਿਪੀਟ 'ਤੇ ਚੱਲ ਰਿਹਾ ਹੈ, ਹਾਲੇ ਤੱਕ ਵੀ ਉਹਨਾਂ ਦਾ ਇਸ ਗਾਣੇ ਨੂੰ ਸੁਣ ਕੇ ਮਨ ਨਹੀਂ ਭਰਿਆ। ਪਰ ਉੱਥੇ ਹੀ ਦੋ ਵੱਡੇ ਵਿਵਾਦ ਵੀ ਇਸ ਗਾਣੇ ਦੇ ਨਾਲ ਜੁੜ ਗਏ, ਜਿਨ੍ਹਾਂ ਨੇ ਕਿਤੇ ਨਾ ਕਿਤੇ ਸਿੱਧੂ ਮੂਸੇਵਾਲਾ ਜਾਂ ਫਿਰ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦੇ ਦਿਲਾਂ 'ਤੇ ਇੱਕ ਸੱਟ ਮਾਰੀ, ਇੱਕ ਡੂੰਘਾ ਜ਼ਖਮ ਦਿੱਤਾ। ਕਿਉਂਕਿ ਹਰ ਇੱਕ ਦਾ ਇਹੀ ਕਹਿਣਾ ਸੀ ਕਿ ਜਦੋਂ ਸਿੱਧੂ ਮੂਸੇਵਾਲੇ ਦਾ ਗਾਣਾ ਟਿੱਬਿਆਂ ਦਾ ਪੁੱਤ ਬਾਕੀ ਕੰਟਰੀਜ਼ ਦੇ ਵਿੱਚ ਟ੍ਰੈਂਡਿੰਗ ਲਿਸਟ 'ਤੇ ਚੱਲ ਰਿਹਾ ਹੈ, ਜਿਨ੍ਹਾਂ ਦੇ ਵਿੱਚ ਇਹ ਗਾਣਾ ਪਾਕਿਸਤਾਨ ਦੇ ਵਿੱਚ 9 ਨੰਬਰ ਟ੍ਰੈਂਡਿੰਗ 'ਤੇ ਅਤੇ ਨਿਊਜ਼ੀਲੈਂਡ ਦੇ ਵਿੱਚ 1 ਨੰਬਰ ਟ੍ਰੈਂਡਿੰਗ 'ਤੇ, ਇਟਲੀ ਦੇ ਵਿੱਚ 20 ਨੰਬਰ ਟ੍ਰੈਂਡਿੰਗ 'ਤੇ ਅਤੇ ਹੋਰ ਵੀ ਦੇਸ਼ਾਂ ਦੇ ਵਿੱਚ ਵੱਖ ਵੱਖ ਨੰਬਰ 'ਤੇ ਟ੍ਰੈਂਡਿੰਗ ਲਿਸਟ ਦੇ ਵਿੱਚ ਹੈ, ਤਾਂ ਪੰਜਾਬ ਜਾਂ ਫਿਰ ਇੰਡੀਆ ਜਿੱਥੇ ਕਿ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ, ਉਹਨਾਂ ਨੂੰ ਸੁਣਨ ਵਾਲੇ ਸਭ ਤੋਂ ਜ਼ਿਆਦਾ ਸਰੋਤੇ ਰਹਿੰਦੇ ਹਨ, ਉੱਥੇ ਦੀ ਯੂਟਿਊਬ ਦੀ ਟ੍ਰੈਂਡਿੰਗ ਲਿਸਟ ਦੇ ਵਿੱਚ ਇਹ ਗਾਣਾ ਹਾਲੇ ਤੱਕ ਕਿਉਂ ਨਹੀਂ ਆਇਆ? ਇਸ ਬਾਰੇ ਸਾਨੂੰ ਵੀ ਬਹੁਤ ਸਾਰੇ ਦੋਸਤਾਂ ਦੇ ਮੈਸੇਜ ਅਤੇ ਕਮੈਂਟ ਆਏ ਕਿ ਆਖਿਰ ਇਸ ਤਰ੍ਹਾਂ ਕਿਉਂ ਹੋਇਆ। ਹਾਲਾਂਕਿ ਦੋਸਤੋ, ਯੂਟਿਊਬ ਦਾ ਕਦੇ ਵੀ ਕਿਸੇ ਪ੍ਰੋਬਲਮ ਦਾ ਇੱਕ ਪਾਰਟੀਕੁਲਰ ਕਾਰਨ ਨਹੀਂ ਹੁੰਦਾ, ਇਸ ਕਰਕੇ ਅਸੀਂ ਇਹੀ ਬਿਹਤਰ ਸਮਝਿਆ ਕਿ ਇਸ ਦੇ ਲਈ ਯੂਟਿਊਬ ਦੇ ਨਾਲ ਲਾਈਵ ਚੈਟ ਕਰਕੇ ਇਸ ਸਾਰੇ ਮਸਲੇ ਦਾ ਜਵਾਬ ਮੰਗਿਆ ਜਾਵੇ। ਤਾਂ ਜਦੋਂ ਅਸੀਂ ਇਸ ਮਸਲੇ 'ਤੇ ਯੂਟਿਊਬ ਦੇ ਨਾਲ ਗੱਲਬਾਤ ਕੀਤੀ ਤਾਂ ਸਾਹਮਣੇ ਆਇਆ ਕਿ ਇਸ ਤਰ੍ਹਾਂ ਦੀ ਪ੍ਰੋਬਲਮ ਆਉਣ ਦੇ ਆਮ ਤੌਰ 'ਤੇ ਦੋ ਕਾਰਨ ਹੁੰਦੇ ਨੇ। ਸਭ ਤੋਂ ਵੱਡਾ ਜੋ ਮੇਨ ਕਾਰਨ ਹੈ ਉਹ ਇਹ ਹੈ ਕਿ ਜਿਸ ਥਾਂ 'ਤੇ, ਜਿਸ ਲੋਕੇਸ਼ਨ 'ਤੇ, ਜਿਸ ਕੰਟਰੀ ਦੇ ਵਿੱਚ ਉਹ ਯੂਟਿਊਬ ਚੈਨਲ ਕ੍ਰੀਏਟ ਕੀਤਾ ਗਿਆ ਹੋਵੇ, ਉਸ ਕੰਟਰੀ ਦੇ ਵਿੱਚੋਂ ਜੇਕਰ ਵੀਡੀਓ ਅਪਲੋਡ ਅਤੇ ਪੋਸਟ ਕੀਤੀ ਜਾਂਦੀ ਹੈ ਤਾਂ ਟ੍ਰੈਂਡਿੰਗ ਦੇ ਵਿੱਚ ਆਉਣ ਦੇ ਜ਼ਿਆਦਾ ਚਾਂਸ ਵੱਧ ਜਾਂਦੇ ਨੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਿੱਧੂ ਮੂਸੇਵਾਲਾ ਕੈਨੇਡਾ ਵਿਖੇ ਰਹਿੰਦੇ ਨੇ ਅਤੇ ਕੈਨੇਡਾ ਦੇ ਵਿੱਚ ਹੀ ਉਹਨਾਂ ਨੇ ਚੈਨਲ ਸਿੱਧੂ ਮੂਸੇਵਾਲਾ, ਜੋ ਕਿ ਉਹਨਾਂ ਦਾ ਅਫੀਸ਼ੀਅਲ ਯੂਟਿਊਬ ਚੈਨਲ ਹੈ, ਸ਼ੁਰੂ ਕੀਤਾ ਸੀ, ਅਤੇ ਇਹ ਵੀ ਇੱਕ ਕਾਰਨ ਹੋ ਸਕਦਾ ਯੂਟਿਊਬ ਦੀ ਟ੍ਰੈਂਡਿੰਗ ਲਿਸਟ ਦੇ ਵਿੱਚ ਨਾ ਆਉਣ ਦਾ। ਦੂਜਾ ਇੱਕ ਕਾਰਨ ਇਹ ਸਾਹਮਣੇ ਆਉਂਦਾ ਕਿ ਜਿਸ ਵੀ ਗਾਣੇ 'ਤੇ ਵਾਚ ਟਾਈਮ ਜ਼ਿਆਦਾ ਹੁੰਦਾ, ਵਾਚ ਟਾਈਮ ਜ਼ਿਆਦਾ ਹੋਣ ਦਾ ਜੇਕਰ ਤੁਹਾਨੂੰ ਇੱਕ ਡਿਟੇਲ ਦੇ ਵਿੱਚ ਦੱਸੀਏ ਤਾਂ ਜਿਵੇਂ ਕਿ ਮੰਨ ਲਓ 3 ਮਿੰਟ ਦਾ ਗਾਣਾ ਅਤੇ ਜ਼ਿਆਦਾਤਰ ਲੋਕ ਉਸ ਨੂੰ 2.5 ਮਿੰਟ ਤੱਕ ਐਵਰੇਜ ਦੇਖਦੇ ਹਨ, ਤਾਂ ਯੂਟਿਊਬ ਅਜਿਹੇ ਗਾਣੇ ਨੂੰ ਜਾਂ ਅਜਿਹੀ ਕਿਸੇ ਵੀ ਹੋਰ ਕੈਟਾਗਰੀ ਦੀ ਵੀਡੀਓ ਨੂੰ ਟ੍ਰੈਂਡਿੰਗ ਲਿਸਟ ਦੇ ਵਿੱਚ ਭੇਜ ਦਿੰਦਾ ਹੈ। ਜਿਵੇਂ ਕਿ ਆਪਾਂ ਦੇਖ ਵੀ ਸਕਦੇ ਹਾਂ ਕਿ ਯੂਟਿਊਬ ਦੀ ਟ੍ਰੈਂਡਿੰਗ ਲਿਸਟ ਦੇ ਵਿੱਚ ਕਈ ਅਜਿਹੇ ਗਾਣੇ, ਕਈ ਅਜਿਹੀਆਂ ਵੀਡੀਓਜ਼ ਵੀ ਪਈਆਂ ਹਨ ਜਿਨ੍ਹਾਂ 'ਤੇ ਕਿ 1 ਮਿਲੀਅਨ ਵੀ ਵਿਊਜ਼ ਪੂਰੇ ਨਹੀਂ ਹੋਏ ਅਤੇ ਇਹਨਾਂ ਨੂੰ ਅਪਲੋਡ ਕੀਤਿਆਂ ਨੂੰ ਵੀ ਕਈ ਦਿਨ ਹੋ ਚੁੱਕੇ ਹਨ। ਉੱਥੇ ਹੀ ਯੂਟਿਊਬ ਦੇ ਸਿੱਧੂ ਮੂਸੇਵਾਲੇ ਦਾ ਗਾਣਾ ਟਿੱਬਿਆਂ ਦਾ ਪੁੱਤ ਅਪਲੋਡ ਕਰਨ ਦੇ ਕੁਛ ਹੀ ਸਮੇਂ ਦੇ ਵਿੱਚ ਇਹ ਗਾਣਾ 7 ਤੋਂ 8 ਮਿਲੀਅਨ ਦਾ ਅੰਕੜਾ ਪਾਰ ਕਰ ਗਿਆ, ਪਰ ਫਿਰ ਵੀ ਇਹ ਟ੍ਰੈਂਡਿੰਗ ਲਿਸਟ ਦੇ ਵਿੱਚ ਨਹੀਂ ਆਇਆ। ਤਾਂ ਕਿਤੇ ਨਾ ਕਿਤੇ ਇਹ ਵੀ ਕਾਰਨ ਹੋ ਸਕਦਾ ਕਿ ਜਿਸ ਕੰਟਰੀ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇਹ ਚੈਨਲ ਕ੍ਰੀਏਟ ਕੀਤਾ ਸੀ ਉੱਥੋਂ ਇਹ ਗਾਣਾ ਯੂਟਿਊਬ 'ਤੇ ਅਪਲੋਡ ਅਤੇ ਪਬਲਿਸ਼ ਨਹੀਂ ਹੋਇਆ। ਇੱਥੇ ਆਪਾਂ ਇਹ ਵੀ ਉਦਾਹਰਨ ਮੰਨ ਸਕਦੇ ਹਾਂ ਕਿ ਜਦੋਂ ਸਿੱਧੂ ਮੂਸੇਵਾਲੇ ਦਾ ਪਹਿਲਾ ਗਾਣਾ ਓਲਡ ਸਕੂਲ ਆਇਆ ਸੀ ਤਾਂ ਉਸ ਵੇਲੇ ਵੀ ਟ੍ਰੈਂਡਿੰਗ ਸੈਕਸ਼ਨ ਦੇ ਵਿੱਚ ਜਾਣ ਦੀ ਸੇਮ ਪ੍ਰੋਬਲਮ ਸਾਹਮਣੇ ਆਈ ਸੀ, ਕਿਉਂਕਿ ਉਸ ਸਮੇਂ ਵੀ ਸਿੱਧੂ ਮੂਸੇਵਾਲਾ ਇੰਡੀਆ ਵਿੱਚ, ਪੰਜਾਬ ਵਿੱਚ ਆਪਣੇ ਪਿੰਡ ਹੀ ਸਨ। ਅਤੇ ਦੂਜਾ ਕਾਰਨ ਸਿੱਧੂ ਮੂਸੇਵਾਲੇ ਦੇ ਗਾਣੇ ਜਾਂ ਫਿਰ ਟ੍ਰੈਂਡਿੰਗ ਦੇ ਵਿੱਚ ਨਾ ਆਉਣ ਬਾਰੇ ਯੂਟਿਊਬ ਦਾ ਜੋ ਜਵਾਬ ਸੀ ਉਹ ਇਹ ਸੀ ਕਿ ਉਸ ਚੈਨਲ 'ਤੇ ਕੋਈ ਵੀ ਲਾਈਵ ਕਾਪੀਰਾਈਟ ਸਟ੍ਰਾਈਕ ਨਹੀਂ ਹੋਣੀ ਚਾਹੀਦੀ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਕੁਝ ਸਮਾਂ ਪਹਿਲਾਂ ਸਿੱਧੂ ਮੂਸੇਵਾਲੇ ਦਾ ਇੱਕ ਵਿਵਾਦ ਹੋ ਗਿਆ ਸੀ ਜਦੋਂ ਉਹਨਾਂ ਦੇ ਗਾਣਿਆਂ 'ਤੇ ਕਾਪੀਰਾਈਟ ਸਟ੍ਰਾਈਕ ਲੱਗ ਗਈ ਸੀ, ਜਿਸ ਕਰਕੇ ਉਹਨਾਂ ਦੇ ਗਾਣੇ ਡਿਲੀਟ ਹੋ ਗਏ ਸਨ। ਹਾਲਾਂਕਿ ਇਸ ਪ੍ਰੋਬਲਮ ਨੂੰ ਸੋਲਵ ਕਰ ਲਿਆ ਗਿਆ ਸੀ, ਪਰ ਫਿਰ ਵੀ ਇਹ ਇੱਕ ਕਾਰਨ ਹੋ ਸਕਦਾ ਹੈ ਟ੍ਰੈਂਡਿੰਗ ਦੇ ਵਿੱਚ ਨਾ ਆਉਣ ਦਾ। ਬਾਕੀ ਦੋਸਤੋ, ਇਸ ਮਸਲੇ ਦਾ ਇੱਕ ਹੱਲ ਵੀ ਸਾਹਮਣੇ ਆਇਆ ਯੂਟਿਊਬ ਦੇ ਨਾਲ ਲਾਈਵ 'ਤੇ ਚੈਟ ਕਰਦੇ ਹੋਏ। ਜੇਕਰ ਆਪਾਂ ਯੂਟਿਊਬ ਦੇ
ਨਿਗਾਹ ਦੇ ਵਿੱਚ ਕੋਈ ਮਸਲਾ ਲਿਆਉਣਾ ਚਾਹੁੰਦੇ ਹਾਂ ਤਾਂ ਜਿਵੇਂ ਕਿ ਜ਼ਿਆਦਾਤਰ ਦੋਸਤ ਜਾਣਦੇ ਹੀ ਹੋਣਗੇ ਕਿ YouTube 'ਤੇ ਹਰ ਰੋਜ਼ ਬਹੁਤ ਸਾਰਾ ਮਟੀਰੀਅਲ ਅਪਲੋਡ ਹੁੰਦਾ ਹੈ ਜਿੰਨਾ ਕਿ ਆਮ ਤੌਰ 'ਤੇ ਲੋਕ ਨਹੀਂ ਵੀ ਦੇਖ ਸਕਦੇ ਅਤੇ YouTube ਇੱਕ ਵੱਡਾ ਪਲੇਟਫਾਰਮ ਹੈ ਜਿਸ ਕਰਕੇ ਇਹ ਮਸਲਾ ਉਹਨਾਂ ਦੀ ਨਿਗਾਹ ਦੇ ਵਿੱਚ ਨਹੀਂ ਆਇਆ। ਜੇਕਰ ਤੁਸੀਂ ਕੋਈ ਮਸਲਾ YouTube ਦੀ ਨਿਗਾਹ ਦੇ ਵਿੱਚ ਲਿਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਹੈਸ਼ਟੈਗ ਯੂਜ਼ ਕਰਨਾ ਪੈਂਦਾ ਉਸ ਪਾਰਟੀਕੁਲਰ ਟੌਪਿਕ ਨੂੰ ਸਪੋਰਟ ਕਰਨ ਵਾਸਤੇ। ਜਿਵੇਂ ਕਿ ਇਸ ਮਸਲੇ 'ਤੇ ਆਪਾਂ ਨੂੰ ਹੈਸ਼ਟੈਗ ਵੀ ਸਪੋਰਟ ਸਿੱਧੂ ਮੂਸੇਵਾਲਾ ਲਿਖਣਾ ਪਵੇਗਾ ਸਿੱਧੂ ਮੂਸੇਵਾਲੇ ਦੇ ਗਾਣੇ ਦੀ ਵੀਡੀਓ 'ਤੇ ਨੀਚੇ ਜ਼ਿਆਦਾ ਤੋਂ ਜ਼ਿਆਦਾ ਕਮੈਂਟ ਕਰਕੇ ਜਾਂ ਫਿਰ ਉਹਨਾਂ ਦੇ ਇਸ ਗਾਣੇ ਦੇ ਰਿਲੇਟਡ ਜਿਵੇਂ ਕਿ ਆਪਾਂ ਇਹ ਨਿਊਜ਼ ਬਣਾਈ ਹੈ ਇਸ ਤਰ੍ਹਾਂ ਦੀ ਵੀਡੀਓਜ਼ ਦੇ ਨੀਚੇ ਵੀ ਜ਼ਿਆਦਾ ਤੋਂ ਜ਼ਿਆਦਾ ਕਮੈਂਟ ਕਰੋ ਹੈਸ਼ ਵੀ ਸਪੋਰਟ ਸਿੱਧੂ ਮੂਸੇਵਾਲਾ। ਇਸ ਤਰ੍ਹਾਂ ਦੇ ਨਾਲ ਇਹ ਹੋਵੇਗਾ ਕਿ ਯੂਟਿਊਬ ਦੀ ਨਿਗਾਹ ਦੇ ਵਿੱਚ ਜੋ ਯੂਟਿਊਬ ਕ੍ਰੀਏਟਰ ਸਪੋਰਟ ਟੀਮ ਹੁੰਦੀ ਹੈ ਉਹਨਾਂ ਦੀ ਨਿਗਾਹ ਦੇ ਵਿੱਚ ਸਾਰਾ ਮਸਲਾ ਆ ਜਾਵੇਗਾ ਅਤੇ ਇਸ ਮਸਲੇ ਦਾ ਹੱਲ ਵੀ ਜਲਦ ਹੋ ਜਾਵੇਗਾ। ਸੋ ਜੇਕਰ ਤੁਸੀਂ ਇਸ ਮਸਲੇ ਨੂੰ ਹੱਲ ਕਰਨਾ ਚਾਹੁੰਦੇ ਹੋ ਅਤੇ ਟ੍ਰੈਂਡਿੰਗ ਦੇ ਵਿੱਚ ਦੇਖਣਾ ਚਾਹੁੰਦੇ ਹੋ ਟਿੱਬਿਆਂ ਦਾ ਪੁੱਤ ਗਾਣਾ ਤਾਂ ਇਸ ਹੈਸ਼ਟੈਗ ਨੂੰ ਜ਼ਿਆਦਾ ਤੋਂ ਜ਼ਿਆਦਾ ਫੋਲੋ ਕਰੋ। ਸੋ ਦੋਸਤੋ ਇਹ ਤਾਂ ਸੀ ਟਿੱਬਿਆਂ ਦੇ ਪੁੱਤ ਦੇ ਟ੍ਰੈਂਡਿੰਗ ਦੇ ਵਿੱਚ ਨਾ ਆਉਣ ਬਾਰੇ YouTube ਦੇ ਨਾਲ ਹੋਈ ਗੱਲਬਾਤ ਜੋ ਕਿ ਤੁਹਾਡੇ ਨਾਲ ਸ਼ੇਅਰ ਕੀਤੀ ਹੈ। ਇਸ ਅਪਡੇਟ ਵਿੱਚ ਇੰਨਾ ਹੀ, ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ। ਉਨੇ ਸਮੇਂ ਤੱਕ ਲਈ ਦਿਓ ਇਜਾਜ਼ਤ। ਥੈਂਕ ਯੂ, ਧੰਨਵਾਦ, ਟੇਕ ਕੇਅਰ।